ਸਲਾਮ ਅਲੈਕੁਮ ਜੀ। ਸਾਡੇ ਬਾਬਾ ਜੀ ਭੱਠੇ ਲੈ ਕੇ ਆਏ ਨੇ ਤੇ ਜਨਾਬ ਇਹਨਾਂ ਦਾ ਐਲਾਨ ਹੈ ਅੱਜ ਜਸ਼ਨ ਆਜ਼ਾਦੀ ਹੈ ਤੇ ਜਿਹੜਾ ਵੀ ਸਾਡੇ ਬਸਾਉ ਲਏਗਾ ਫੀ ਤੋੜਾ ਉਹਨੂੰ 500 ਰੁਪਇਆ ਛੱਡਾਂਗੇ। ਕੀ ਬਾਤ ਹੈ! ਨਹੀਂ ਨਾ 3300 ਬਈ 33 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
ਲੈ ਪੁਰਾਣਾ ਨਾ 6000 ਰੁਪਇਆ ਹੋ ਗਿਆ ਲੈ 6000 ਲੈ 6000 ਰੁਪਇਆ ਭਾਈ ਜੋੜੇ ਦੇ ਲੈ 6000 ਲੈ 6000 ਰੁਪਇਆ ਭਾਈ ਲੈ ਘੱਟ ਘੱਟ ਸੌ ਲੈ ਬਾਹਠ ਬਾਹਠ ਸੌ ਲੈ ਤਰੇਹ ਤਰੇਹ ਸੌ ਚੋਰ ਚੋਰ ਸੌ ਪੈਂਹਠ ਪੈਂਹਠ ਸੌ ਲੈ ਪੈਂਹਠ ਪੈਂਹਠ ਸੌ ਜੈ ਭਾਜੀ ਹੁਣ ਲੈ ਪੈਂਹਠ ਪੈਂਹਠ ਸੌ ਛੱਠ ਛੱਠ ਸੌ ਲੈ ਛੱਠ ਛੱਠ ਸੌ ਲੈ ਸੱਠ ਸੱਠ ਸੌ ਲੈ ਸੱਠ ਸੱਠ ਜਾਏ ਲੈ ਠੱਠ ਠੱਠ ਸੌ ਦੋਵੇਂ ਹੋ ਗਏ ਨੀ ਲੈ ਠੱਠ ਠੱਠ ਸੌ ਲੈ ਠੱਠ ਠੱਠ ਸੌ ਜਾਏ ਲੈ ਠੱਠ ਠੱਠ ਸੌ ਅੱਠ ਮਸ਼ਿਆਰੀ ਆਉਣ ਲੱਗੀ ਆ ਲੈ ਠੱਠ ਠੱਠ ਸੌ ਨਾ ਤੈਨੂੰ ਦੱਸੋ ਹਾਂਜੀ ਲੈ ਸੱਤ ਸੱਤ ਹਜ਼ਾਰ ਰੁਪਇਆ ਭਾਜੀ ਲੈ ਸੱਤ ਸੱਤ ਹਜ਼ਾਰ ਰੁਪਇਆ ਭਾਜੀ ਲੈ ਹਾਂਜੀ ਇਕੱਤਰ ਇਕੱਤਰ ਸੌ ਬਾਈ ਲੈ ਇਕੱਤਰ ਇਕੱਤਰ ਸੌ ਬਾਈ ਲੈ ਬੱਤਰ ਬੱਤਰ ਸੌ ਬਾਈ ਲੈ ਬੱਤਰ ਬੱਤਰ ਸੌ ਭਾਜੀ ਲੈ ਬੱਤਰ ਬੱਤਰ ਸੌ ਲੈ ਬੱਤਰ ਬੱਤਰ ਸੌ ਭਾਈ ਪੰਜ ਸੌ ਰੁਪਇਆ ਜੋੜ ਪੰਜ ਸੌ ਚੌਦਾਂ ਅਗਸਤ ਦੀ ਵਜ੍ਹਾ ਤੋਂ ਬੱਤਰ ਸੌ ਲੈ ਪਚੱਤਰ ਸੌ ਜਾਏ ਹੁਣ ਲੈ ਛਿਹੱਤਰ ਛਿਹੱਤਰ ਸੌ ਲੈ ਬਈ ਛਿਹੱਤਰ ਛਿਹੱਤਰ ਸੌ ਇੱਕ ਦੋ ਢਾਈ ਚੱਲ ਮੇਰੇ ਭਾਈ ਅੱਲਾ ਰੋਟੀ ਦੇ ਬਈ।